ਦਿੱਤਾ ਭਾਜੀ ਉਧਰ 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 ਭਜਾਏ ਉਧਰ ਉਧਰ ਉਹ ਵੇਖੋ ਜੋਲੀ ਕਿੱਥੇ ਯਾਰ ਮੈਨੂੰ ਸਮਝ ਲਿਆ ਫੋਨ ਨਹੀਂ ਦੇਖੋ ਮੈਂ ਹਾਜੀ ਉਧਰ 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 ਭਜਾਏ ਉਧਰ ਉਧਰ ਉਹ ਵੇਖੋ ਜੋਲੀ ਕਿੱਥੇ ਯਾਰ ਮੈਨੂੰ ਸਮਝ ਲਿਆ ਫੋਨ ਨਹੀਂ ਦੇਖੋ ਮੈਂ ਲਿਖ ਵੀ ਸਕਦਾ ਕਰੀਆਂ ਫੋਨ ਤੇ ਜਿਨ੍ਹਾਂ ਜਵਾਨਾਂ ਨੇ ਵੀ ਹੌਸਲਾ ਕਰਕੇ ਡਿਊਟੀ ਨਿਭਾਈ ਹੈ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਬੰਦਾ ਫੜਿਆ ਗਿਆ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਚੇਅਰਮੈਨ ਆ ਸੋਨੂੰ ਜੀ ਨਾਂ ਦੱਸੋ ਬੇਟਾ ਨਰਿੰਦਰ ਸਿੰਘ ਚੌੜਾ ਉਹਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਇਹੀ ਆ ਨਾ ਜੀ ਉਹਦਾ ਸੱਕਾ ਭਰਾ ਆ ਨਰਾਇਣ ਸਿੰਘ ਚੌੜਾ ਇਸ ਕਰਕੇ ਇੱਕ ਤਾਂ ਮੈਂ ਇਹ ਚਾਹੁੰਦਾ ਕਿ ਇਹ ਸਾਰੀ ਜਿਹੜੀ ਘਟਨਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹਾਈ ਲੈਵਲ ਤੇ ਕਿਉਂਕਿ ਸਾਨੂੰ ਨਾ ਤਾਂ ਸਟੇਟ ਦੇ ਉੱਤੇ ਭਰੋਸਾ ਕਿਉਂਕਿ ਇਹ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ ਜਿਹੜੀਆਂ ਅਸੀਂ ਪਹਿਲੇ ਕਹਿ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਜਿਹੜੇ ਵੱਡੀਆਂ ਸਾਜ਼ਿਸ਼ਾਂ ਉਹ ਦਿੱਲੀ ਤੋਂ ਲੈ ਕੇ ਸਾਰੀਆਂ ਸਰਕਾਰਾਂ ਉਹਦੇ 'ਚ ਇਨਵਾਲਵ ਆ ਇਸ ਕਰਕੇ ਇਹਦੀ ਸਾਰੇ ਦੀ ਜਿਹੜੀ ਹੈਗੀ ਆ ਜੁਡੀਸ਼ੀਅਲ ਇਨਕੁਆਇਰੀ ਅਸੀਂ ਮੰਗ ਕਰਦੇ ਹਾਂ ਕਿ ਇਮੀਡੀਏਟਲੀ ਹੋਣੀ ਚਾਹੀਦੀ ਆ ਕਿਉਂਕਿ ਗੱਲ ਇਕੱਲੀ ਉਸ ਬੰਦੇ ਦੀ ਨਹੀਂ ਹੁੰਦੀ ਇਹ ਸਾਜ਼ਿਸ਼ ਇਹਦੇ ਪਿੱਛੇ ਕੌਣ ਆ ਜਿਹੜੀ ਅਸਲੀ ਕੱਲ ਦਾ ਹੀ ਇੱਥੇ ਫਰਾਰ ਸੀ ਇਹ ਕੱਲ ਵੀ ਪਹੁੰਚਿਆ ਸੀ ਕੱਲ ਦੇ ਨਾਲ ਜੇ ਕੱਲ ਦਾ ਫਰਾਰ ਸੀ ਤੇ ਫਿਰ ਭਗਵੰਤ ਮਾਨ ਜੀ ਕਾਹਦੀ ਇੰਤਜ਼ਾਰ ਕਰਦੇ ਪਏ ਸੀ ਸਹੀ ਮੌਕਾ ਨਹੀਂ ਸੀ ਕੱਲ ਮਿਲਿਆ ਉਹਨੂੰ ਇਸ ਕਰਕੇ ਰੋਕਿਆ ਗਿਆ ਸੀ ਫਿਰ ਕੱਲ ਦਾ ਮੈਂ ਪੁਲਿਸ ਤੋਂ ਜਵਾਬ ਪੁੱਛਦਾ ਇਸ ਗੱਲ ਦਾ ਜੇ ਉਹਨਾਂ ਨੂੰ ਪਤਾ ਸੀ ਵੀ ਕੱਲ ਦਾ ਇੱਥੇ ਘੁੰਮਦਾ ਸੀ ਤੇ ਫਿਰ ਕੀ ਉਹਨੂੰ ਚਾਹੁੰਦੇ ਸੀ ਵੀ ਨਿਸ਼ਾਨਾ ਕਿਤੇ ਮਿਸ ਨਾ ਹੋ ਜਾਵੇ ਵੀ ਇਸ ਮੌਕੇ ਅਟੈਕ ਕਰੀ ਕੌਣ ਜਵਾਬ ਦੇ ਇਸ ਵੇਲੇ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਕੌਣ ਜਵਾਬ ਦੇ ਕੌਣ ਉਹਦੇ ਵਾਸਤੇ ਸਾਨੂੰ ਦੱਸਿਆ ਤਾਂ ਪਏਗਾ ਕੋਈ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਊਗੀ ਇਹਦੀ ਇਸ ਗੱਲ ਦੀ